ਜਸਵੰਤ ਬੜੀ ਫੁਰਤੀ ਨਾਲ ਕੰਮ ਹੋ ਗਿਆ। ਆਗਾ ਖਾਨ, ਕੁਛ ਅੱਲਾ ਨੇ ਮਦਦ ਕੀਤੀ, ਇਹ ਤਾਂ ਆਪੇ ਆਪਣੇ ਘਰੋਂ ਕਿਸੇ ਹਿੰਮਤ ਹੀਲੇ ਨਾਲ ਤੜਕਸਾਰ ਨਿਕਲ ਤੁਰੀ ਹੋਈ ਸੀ। ਦਿਨ ਭਰ ਲੁਕੀ ਰਹੀ ਅਤੇ ਰਾਤ ਭਰ ਟੁਰੀ ਰਹੀ ਸੀ। ਹੁਣ ਕਾਫਲੇ ਦੇ ਮਗਰ ਆ ਰਹੀ ਸੀ ਕਿ ਮੈਨੂੰ ਰਸਤੇ ਵਿੱਚ ਮਿਲ ਪਈ। ਇਸ ਨੂੰ ਮੇਰੇ ਟੁਰਦੇ ਸਾਰ ਹੀ ਭਿਣਕ ਪੈ ਗਈ ਸੀ ਕਿ ਮੇਰੇ ਪਿੱਛੋਂ ਕਤਲ ਹੋ ਜਾਏਗੀ। ਇਸ ਲਈ ਇਸ ਨੇ ਉਸ ਘਰ ਦੀ ਬੰਦ ਤੋਂ ਨਿਕਲ ਪੈਣ ਦਾ ਕੋਈ ਰਾਹ ਆਪੇ ਕੱਢ ਲਿਆ ਸੀ। ਸੋ ਹੁਣ ਇਸ ਦੇ ਘਰੋਂ ਗੁੰਮ ਹੋ ਜਾਣ ਕਰਕੇ ਘਰ ਵਾਲੇ ਜਾਣਦੇ ਹਨ ਕਿ ਇਹ ਸਾਥੋਂ ਨਿਕਲ ਗਈ ਹੈ। ਅਰ ਸੌ ਵਿਸਵਾ ਸ਼ੱਕ ਇੱਥੇ ਹੀ ਪੈਣਾ ਹੈ। ਕਾਫਲਾ ਦੋ ਦਿਨ ਅਟਕਿਆ ਰਿਹਾ ਹੈ। ਉਹਨਾਂ ਨੇ ਸਮਝਣਾ ਹੈ ਕਿ ਦੋ ਦਿਨਾਂ ਵਿੱਚ ਤਾਂ ਟੁਰ ਕੇ ਵੀ ਪਹੁੰਚ ਪਈ ਹੋਵੇਗੀ। ਸੋ ਖਤਰਾ ਹੈ ਕਿ ਸਵੇਰ ਤੋਂ ਪਹਿਲੇ ਉਹ ਇੱਥੇ ਆ ਵੱਜਣਗੇ। ਹੁਣ ਜਸਵੰਤ ਸਿੰਘ ਜੀ, ਨਿਤਰਨ ਦਾ ਸਮਾਂ ਹੈ। ਇਸ ਤਰ੍ਹਾਂ ਗੱਲਾਂ ਕਰਦੇ ਹੋਏ ਮਲਕੜੇ ਜਿਹੇ ਆਪਣੇ ਤਵੇਲੇ ਵਾਲੇ ਡੇਰੇ ਪਹੁੰਚੇ। ਜਸਵੰਤ ਸਿੰਘ ਨੇ ਇੱਥੇ ਆ ਕੇ ਆਪਣੀ ਸਿੱਖਾਂ ਵਾਲੀ ਪੁਸ਼ਾਕ ਪਾਈ ਅਤੇ ਆਪਣੇ ਡੇਰੇ ਜਾ ਕੇ ਆਪਣੇ ਅਸਬਾਬ ਵਿੱਚੋਂ ਆਪਣੀ ਦੂਜੀ ਮਰਦਾਨਵੀ ਪੁਸ਼ਾਕ ਲਿਆ ਕੇ ਦਾਈ ਨੂੰ ਪਹਿਨਾਈ ਅਤੇ ਫਿਰ ਡੇਰੇ ਲੈ ਆਏ। ਬ੍ਰਿਧ ਜੀ ਨੂੰ ਜਗਾ ਕੇ ਸਮਝਾਇਆ ਕਿ ਇਹ ਸਾਥੀ ਇੱਕ ਸੱਜਣ ਹੈ, ਕਿਸੇ ਕਾਰਨ ਨੌਕਰ ਕਰਕੇ ਨਾਲ ਰੱਖਣਾ ਹੈ ਅਤੇ ਇਸ ਦੇ ਰੱਖਣ ਵਿੱਚ ਫੌਜਦਾਰ ਆਗਾ ਖਾਨ ਦਾ ਗੁਪਤ ਹੁਕਮ ਹੈ। ਸੋ ਪ੍ਰਗਟ ਨਹੀਂ ਕਰਨਾ ਅਤੇ ਗੱਲ ਨੂੰ ਨਿਭਾਉਣਾ ਹੈ। ਮੈਂ ਖਾਲਸੇ ਵਾਲਾ ਬਚਨ ਦੇ ਆਇਆ ਹਾਂ। ਬਿਰਤ ਪੁਰਖ ਨੇ ਕਿਹਾ, ਸਤ ਬਚਨ। ਹੁਣ ਬਾਕੀ ਰਾਤ ਮਲਕੜੇ ਬੀਤ ਗਈ। ਦਿਨ ਹੋਣ ਤੋਂ ਪਹਿਲਾਂ ਹੀ ਆਗਾ ਖਾਨ ਦਾ ਭਿਆਨਕ ਪਿਤਾ ਆ ਪਹੁੰਚਾ। ਕਾਫਲੇ ਦੇ ਅਟਕ ਜਾਣ ਕਰਕੇ ਮਿਲਣੇ ਦਾ ਬਹਾਨਾ ਆਪਣੇ ਆਉਣ ਦਾ ਕਾਰਨ ਦੱਸਿਆ। ਫਿਰ ਸਸਰੀ ਗੱਲ ਦਾਈ ਦੇ ਗੁੰਮ ਹੋਣ ਦੀ ਚਲਾਈ। ਇੱਧਰ ਪਿਤਾ ਪੁੱਤਰ ਗੱਲ ਕਰਦੇ ਰਹੇ, ਉੱਧਰ ਉਸਦੇ ਸਾਥੀਆਂ ਨੇ ਕਾਫਲੇ ਵਿੱਚ ਢੂੰਡ ਭਾਲ ਕਰ ਲਈ। ਪੱਤ ਪੱਤ ਫਿਰ ਕੇ ਵੇਖ ਲਿਆ। ਇਸ ਗਰੀਬ ਪੁੱਤਰ ਦਾ ਡੇਰਾ ਫੁਲਵਾ ਲੈਣਾ ਤਾਂ ਚੰਚਲ ਪਿਤਾ ਦਾ ਇੱਕ ਮਾਮੂਲੀ ਕੰਮ ਸੀ ਜੋ ਬੇਮਲੂਮੇ ਹੋ ਗਿਆ। ਹੁਣ ਦਿਨ ਚੋਖਾ ਚੜ੍ਹ ਪਿਆ ਸੀ। ਲੋਕ ਆਗਾ ਖਾਨ ਦੀ ਆਗਿਆ ਮੰਗ ਰਹੇ ਸਨ ਕਿ ਕੂਚ ਦੀ ਆਗਿਆ ਦੇ ਦਿੱਤੀ। ਜਿਉਂ ਜਿਉਂ ਲੋਕ ਟੁਰੇ, ਨਾਕੇ 'ਤੇ ਖੜੋ ਕੇ ਆਗਾ ਖਾਨ ਦੇ ਪਿਤਾ ਦੇ ਸੂਈਆਂ ਨੇ ਇੱਕ ਇੱਕ ਆਦਮੀ 'ਤੇ ਤ੍ਰੀਮਤ ਨੂੰ ਡਿੱਠਾ। ਜਸਵੰਤ ਦੀ ਵਾਰੀ ਵੀ ਆਈ। ਦਾਈ ਅਤੇ ਉਹ ਦੋਵੇਂ ਬੇਚੱਕ ਹੱਸਦੇ ਖੇਡਦੇ ਲੰਘ ਗਏ। ਐਦੀਆਂ ਨੇ ਵੱਟੇ ਹੋਏ ਭੇਸ ਵਿੱਚ ਕੁਛ ਨਾ ਲਖਿਆ ਕਿ ਕੀ ਹੋ ਗਿਆ ਹੈ। ਹੁਣ ਪਿਆਰ ਦਾ ਕੁੱਠਾ ਪਰ ਨਿਰਦਾਈ ਪਿਤਾ ਪੁੱਤਰ ਨੂੰ ਗਲ ਲਾ ਕੇ ਮਿਲਦਾ ਅਤੇ ਅਸੀਸਾਂ ਦਿੰਦਾ ਵਿਦਾ ਹੋ ਗਿਆ। ਅਰ ਨੌਕਰ ਦੇ ਟੋਲੇ ਵਿੱਚੋਂ ਦੋ ਚਾਰ ਸੂਈਏ ਛੱਡ ਗਿਆ ਜੋ ਸੁੰਦਕ ਰੱਖਣ ਕਿ ਪਾਪਣ ਦਾਈ ਕਿਤੇ ਅੱਗੇ ਜਾ ਕੇ ਆਗਾ ਖਾਨ ਦੇ ਕਾਫਲੇ ਨੂੰ ਨਾ ਆ ਮਿਲੇ ਅਰ ਪਿਤਾ ਪੁੱਤਰ ਵਿੱਚ ਦੁਫੇੜ ਨਾ ਪਵਾ ਦੇਵੇ। ਖੈਰ, ਸਿੱਕਾਂ ਸਿੱਕਦਿਆਂ ਅਤੇ ਦੁੱਖਾਂ ਦੇ ਬੰਨ ਝੱਲਦਿਆਂ ਗਰੀਬ ਸਤਵੰਤ ਕੌਰ ਦੀਆਂ ਵਾਗਾਂ ਵਤਨ ਨੂੰ ਪਰਤੀਆਂ ਅਤੇ ਲੱਗਾ ਕਾਫਲਾ ਟੁਰਨ। ਹੁਣ ਉਸ ਦੀ ਕੈਦ ਦੀ ਭੂਮੀ ਵੱਲ ਪਿੱਠ ਹੈ ਅਤੇ ਪਿਆਰੇ ਵਤਨ ਵੱਲ ਰੁੱਖ ਹੋਇਆ ਹੈ। ਸ਼ੁਕਰ ਹੈ ਮੁਹਾੜਾਂ ਪਰਤਾ ਦੇਣ ਵਾਲੇ ਅਰਸ਼ੀ ਮਾਲਕ ਦਾ। ਤੀਸਰੀ ਮੰਜ਼ਿਲ ਆਈ। ਕਾਫਲੇ ਨੇ ਡੇਰੇ ਕੀਤੇ। ਸਭ ਲੋਕ ਆਪੋ ਆਪਣੇ ਆਹਰਾਂ ਵਿੱਚ ਲੱਗੇ। ਇਸ ਵੇਲੇ ਜਸਵੰਤ ਜੀ ਅਤੇ ਨਵੇਂ ਸਾਥੀ, ਜਿਸ ਦਾ ਨਾਂ ਸਾਈਂ ਜੀ ਕਰਕੇ ਰੱਖਿਆ ਸੀ, ਇਕਲ ਵਾਂਝੇ ਬੈਠੇ ਗੱਲੇ ਲੱਗ ਰਹੇ ਹਨ। ਸਾਈਂ, ਤੁਸੀਂ ਮੇਰੇ ਆਗਾ ਦੇ ਕਦ ਕੁ ਦੇ ਜਾਣੂ ਹੋ ਜੋ ਉਹਨਾਂ ਨੇ ਤੁਸਾਂ ਉੱਤੇ ਇਤਨਾ ਇਤਬਾਰ ਕਰ ਲਿੱਤਾ ਹੈ। ਜਸਵੰਤ, ਵਕ ਵੀ ਤਾਂ ਪੁਰਾਣੀ ਨਹੀਂ, ਪਰ ਸ਼ਾਇਦ ਸਿੱਖ ਜਾਣ ਕੇ ਭਰੋਸਾ ਕਰ ਲਿੱਤਾ ਨੇ। ਸਾਈਂ, ਹਾਂ ਠੀਕ ਹੈ, ਮੈਨੂੰ ਖਿਆਲ ਨਹੀਂ ਆਇਆ। ਸਿੱਖ ਅਤੇ ਸੱਚ ਦੋਵੇਂ ਇੱਕ ਸ਼ੈ ਅਤੇ ਇੱਕ ਰੂਪ ਹਨ। ਜਸਵੰਤ, ਗੁਰੂ ਜੀ ਦਾ ਪ੍ਰਤਾਪ ਹੈ। ਸਾਈਂ, ਤੁਸੀਂ ਪਿਸ਼ੌਰ ਤੱਕ ਜਾਸੋ? ਜਸਵੰਤ, ਨਹੀਂ ਅਗੇਰੇ ਜਾਣਾ ਹੈ। ਪਰ ਤੁਸੀਂ ਹੁਣ ਕੀ ਕਰੋਗੇ? ਸਾਈਂ, ਕਿਉਂ? ਜਸਵੰਤ, ਤੁਸੀਂ ਦੋਵੇਂ ਮਾਂ ਪੁੱਤਰ ਆਖਾਂ ਹੋਰ ਕੀ ਆਖਾਂ, ਇਸ ਤਰ੍ਹਾਂ ਟੁਰੇ ਹੋ ਕਿ ਮੁੜ ਕੇ ਇਸ ਧਰਤੀ ਵਿੱਚ ਆਉਣ ਯੋਗ ਨਹੀਂ ਹੋ। ਖਾਸ ਕਰ ਤੂੰ ਤਾਂ ਨਹੀਂ ਆ ਸਕਦੀ। ਸਾਈਂ,
है तां ठीक पर आगा खान वापस आ सकता है। जसवंत, ठीक है पर तुहाडा दोहां दा प्यार विछड़न वाला नहीं जापता। साई, ए भी सच है ते होवे भी किकू ना, ए अजे बच्चा ही सी साढ़े त्रै वरे दा के मां मर गई, फिर मैं ही इसनू पालिया है। उंज निक्के हुंदे नू भी मैं ही दुध चुंघाउंदी ते खड़ाउंदी सां, मां तां विचारी अत सोल जिंद सी, रता को हवा दा हुलारा आवे तां शरीर निफर हो जांदा सास। सो ए लाल मेरे ही थणा ते पलिया ते मेरी ही गोद खेलिया है, मेरिया ही आंदरां नू पुत्रां वाली धू है ते उस दियां आंदरां नू मां वाली ममता मेरे नाल है। देखो विचारे ने मेरे पिछे हुण तक कितना दुख झल्लिया है। अजे जेकू तुसां कहा है की पता है कि देश भी छड्डणा पै जावेस। अंग पाल बचन दा पूरा सच्चा ते भरोसा करन वाला है। इस धरती दे लोक तां डाढे वलदार हन पर इस नूं वलशल नहीं है। जसवंत, इन्हां दी माता जी सुरगवास रहे ने, किस और नाल गुजरे से? साई, और कादी सी इसे करड़े पठान दा जो सवेरे पुत पुत करदा मत्थे सुंघदा तलाशियां लै गया है। गुस्सा विचारी नूं खा गया। जसवंत, डाढी कोमल होनी है जो गुस्से नाल मर गई, कुड़ कुड़ के किसी खई रोग नाल टुर गई हो। साई, खई नहीं हैजे नालों भी छेती नाल। जसवंत, ओ किकू? साई, तलवार दी आबतार धार नाल। जसवंत, इस्त्री पर तलवार दा वार? रो के, किह कठोर ते जांगली लोक हन, कुछ परमेशर तरस करे उस दी रूह उत्ते। ग्रीपणी विच दोष सी? साई, सुच्चा हीरा निरी निर्दोष, निर्दोष होना ही तां कतल दा कारण सी, दोषी हुंदी तां कौन मारदा? इस धरती विच धर्मियां लई कतल है, तुसी लोक सानू राक्ष इसे अधर्म कारण करके आखदे हो। जसवंत, निर्दोष नूं क्यों मारिया? गुस्सा किस गले भड़किया? साई हस पिया ते जसवंत दे हाथ घुट के कहन लगा, आओ कुछ काम करिए, डेरे विच मदद दी लोड़ होनी है, गल्लां फेर करांगे। हाँ एक गल है, मेरा बच्चा डाढा सिद्धा है, उसने हुण मैनू मिलन आउणा है। चंगा होवे जे तूं किसे बहाने मिल आवे सो कि कुछ दिन मैनू ना मिले। उसका कपटी पिता जरूर सूईए छड्ड गया होना है जिन्हां ने मेरी ढूंढ भाल रखनी है। जे किते उन्होंने इधर बहुता आउंदा जांदा ते मिलदा गिलदा तक लिया, शक पै गया, खोज निकल गया तां मेरा तां ततड़ी दा की है? पापी पिता ने मेरे लाल नूं तुंबा तुंबा करके उड़ा देना है। लाल नूं मेरी जबानी कहिआ कि अपने चार चुफेरे ख्याल रखे और बहुत मेहनत करे तां उसनूं जरूर अपने उत्ते छड्डे होए जसूस इस काफले विच लभ पैणगे। जसवंत सिंह ने समझ लिया कि दाई गल वला गई है और असल भेत नहीं दस्या सू। पर खैर की होया, सहजे सहजे गल खुल जाएगी ते उंज पराए भेत पाड़न लई मैं क्यों जोर लावां? हुण मैं इसका कम करियावां। ए सोच के कुछ अपने सफल संबंधी कम लैके आगा खान नूं जा मिलिया और उच्ची उच्ची वह कम दस के उसनों मौके दे दिखाउण लई कि जिथों का कम दस्या सी नाल लै आंदा ते रस्ते विच हौले हौले दाई दा सुनेहा सुना दिता। आगा ये सुन के अचंभा रह गया पर गल उसदे मन लगी। वह अपनी पालक माँ की अकल का बड़ा कदर पाउण वाला सी क्योंकि वह जद बोलती पते दी बोलती हुंदी सी। उसनू सुनदे सार तसली आ गई कि अम्मा सच आखदी है। सो गलबात करके वह डेरे नूं मुड़ गया और चुप चाप इसे तलाश भाल विच लग पिया कि केड़ा केड़ा आदमी मेरे ही काफले विच मेरे ते ही सूईयां हो सकता है। रात फिर आ गई ते काफले ने उतारा कीता। जसवंत
ਤੇ ਸਾਈ ਰੋਟੀ ਖਾ ਕੇ ਇਕਲ ਵਾਂਝੇ ਜਾ ਬੈਠੇ ਤੇ ਕਈ ਗੱਲਾਂ ਬਾਤਾਂ ਛਿੜ ਪਈਆਂ। ਸਾਈ, ਇਸ ਧਰਤੀ ਵਿੱਚ ਹਜ਼ਾਰਾਂ ਲੱਖਾਂ ਲੋਕ ਪਠਾਣ ਹੀ ਨਹੀਂ ਹਨ, ਪਰ ਹਿੰਦੁਸਤਾਨ ਤੋਂ ਫੜ ਕੇ ਆਉਂਦੇ ਹਿੰਦੂ ਵਿੱਚ ਹੀ ਰਲ ਮਿਲ ਜਾਂਦੇ ਹਨ। ਜਸਵੰਤ, ਫੜ ਕੇ ਆਉਂਦੇ ਚੁੱਪ ਕੀਤੇ ਰਲ ਜਾਂਦੇ ਹਨ। ਸਾਈ, ਅਤੇ ਹੋਰ ਕਰਨ ਵੀ ਕੀ, ਤਲਵਾਰ ਸਿਰ 'ਤੇ ਛੂਕਦੀ ਹੈ। ਬਣ ਕੁਛ ਸਕਦਾ ਨਹੀਂ, ਆਪਣੇ ਦੇਸ਼ ਵਿੱਚ ਕੁਛ ਸਾਹਸ ਨਹੀਂ ਜੋ ਕਿਸੇ ਦੀ ਆਸ ਰੱਖੀ ਜਾਵੇ ਕਿ ਕੋਈ ਆਪਣਾ ਪਾਤਸ਼ਾਹ ਆਵੇਗਾ ਜੋ ਕਦੇ ਛੁਡਾਵੇਗਾ। ਨਿਰਾਸ਼, ਦੁਖੀ, ਭੁੱਖਾਂ ਦੇ ਮਾਰੇ ਕਲਿਆਣ ਕਲਮੇ ਵਿੱਚ ਹੀ ਸਮਝਦੇ ਹਨ। ਜਸਵੰਤ, ਪਰ ਮੁਸਲਮਾਨ ਹੋ ਕੇ ਕੁਛ ਅਰਸ਼ 'ਤੇ ਤਾਂ ਨਹੀਂ ਚੜ੍ਹ ਜਾਂਦੇ ਹੋਣੇ। ਸਾਈ, ਇਹ ਤਾਂ ਠੀਕ ਹੈ, ਪਰ ਪੇਟ ਭਰ ਰੋਟੀ ਤਾਂ ਲੱਜ ਜਾਂਦੀ ਹੈ ਅਤੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ। ਜਸਵੰਤ, ਇਹ ਗੱਲ ਮੰਨੀ, ਪਰ ਜੇ ਕਤਲ ਹੀ ਹੋ ਜਾਣ ਤਾਂ ਗੁਲਾਮੀ ਦੀ ਜ਼ਿੰਦਗੀ ਤੋਂ ਤਾਂ ਛੁੱਟ ਜਾਣ। ਧਰਮ 'ਤੇ ਖੁੱਲ੍ਹ ਗਵਾ ਕੇ ਜਿਉਣਾ ਵੀ ਕੀ ਜਿਉਣਾ ਹੈ। ਸਾਈ, ਹਿੰਦੂਆਂ ਵਿੱਚ ਤਾਂ ਇਤਨਾ ਬਲ ਨਹੀਂ ਰਿਹਾ। ਹਾਂ, ਸਿੱਖ ਹਨ ਜੋ ਕੈਦ ਨਹੀਂ ਪੈਂਦੇ। ਜੇ ਕਦੇ ਕੋਈ ਫਸੇ ਤਾਂ ਰਸਤੇ ਵਿੱਚ ਹੀ ਇਹਨਾਂ ਨਾਲ ਲੜ ਭਿੜ ਕੇ ਮਰ ਜਾਂਦਾ ਹੈ। ਜੇ ਕਿਤੇ ਕੋਈ ਬੁਰੀ ਹਾਲੀ ਆ ਹੀ ਪਹੁੰਚੇ ਤਾਂ ਉਹ ਜ਼ਰੂਰ ਮਰਨਾ ਹੀ ਪਸੰਦ ਕਰਦਾ ਹੈ। ਅਜੇ ਤੱਕ ਕਿਸੇ ਸਿੱਖ ਇਸਤਰੀ ਜਾਂ ਪੁਰਖ ਨੇ ਇੱਥੇ ਆ ਕੇ ਧਰਮ ਨਹੀਂ ਦਿੱਤਾ ਅਤੇ ਨਾ ਹੀ ਗੁਲਾਮੀ ਸਿਰ 'ਚ ਆਈ ਹੈ। ਖੁੱਲ੍ਹ ਦਾ ਪਿਆਰ ਅਤੇ ਧਰਮ ਦੀ ਆਣ ਇਹਨਾਂ ਵਿੱਚ ਜ਼ਰੂਰ ਹੈ। ਹਨ ਸਿੱਖ ਹਿੰਦੂ ਅਤੇ ਅਕਸਰ ਹਿੰਦੂ ਕੁਲ ਵਿੱਚੋਂ, ਪਰ ਅੰਮ੍ਰਿਤ ਛਕਦੇ ਸਾਰ ਹੋਰ ਦੇ ਹੋਰ ਹੋ ਜਾਂਦੇ ਹਨ। ਤੁਸੀਂ ਇਹ ਗੱਲ ਬੜੀ ਹੈਰਾਨੀ ਨਾਲ ਸੁਣ ਰਹੇ ਹੋ। ਕੀ ਤੁਸੀਂ ਕਦੇ ਕਿਸੇ ਸਿੱਖ ਦੀ ਇੱਥੇ ਕਤਲ ਦੀ ਚਰਚਾ ਆਪ ਨਹੀਂ ਸੁਣੀ? ਇਹ ਥੋੜ੍ਹਾ ਹੀ ਚਿਰ ਹੋਇਆ ਹੈ ਕਿ ਇੱਕ ਸਿੱਖ ਮੁਟਿਆਰ ਅਮੀਰ ਦੇ ਮਹਿਲਾਂ ਵਿੱਚ ਜਾਂਦੀ ਹੀ ਆਪਣੇ ਕਮਰੇ ਨੂੰ ਅੱਗ ਲਾ ਕੇ ਸੜ ਮੋਈ। ਧਰਮੋਂ ਨੇ ਡਿੱਗੀ। ਸੁਣਿਆ ਸਾ ਜੇ ਕਿ ਨਹੀਂ? ਜਸਵੰਤ ਸਿੰਘ, ਹਾਂ, ਇਸ ਮਾਮਲੇ ਦੀ ਮੈਨੂੰ ਖਬਰ ਹੈ। ਸਿੱਖ ਐਸੇ ਹੀ ਹੁੰਦੇ ਹਨ। ਮੈਂ ਆਪ ਵੀ ਸਿੱਖ ਹੀ ਹਾਂ। ਸਾਈ, ਪਰ ਗੁੱਸਾ ਨਾ ਕਰਨਾ। ਜੋ ਸਿੱਖ ਇੱਥੋਂ ਦੇ ਰਹਿਣ ਵਾਲੇ ਹਨ ਉਹ ਜ਼ਰਾ ਲਾਂਭੇ ਰਹਿ ਕੇ ਵਕਤ ਕੱਟਦੇ ਹਨ, ਪਰ ਜੋ ਦੇਸ਼ ਤੋਂ ਫੜੇ ਆਉਂਦੇ ਹਨ ਉਹ ਤਾਂ ਸੱਜਰੇ ਬਨੋਂ ਫੜ ਕੇ ਆਉਂਦੇ ਸ਼ੇਰ ਵਾਂਗੂੰ ਡਾਢੇ ਰੋਹ ਭਰੇ ਅਤੇ ਜੋਸ਼ ਵਾਲੇ ਹੁੰਦੇ ਹਨ। ਪਠਾਣ ਵੀ ਉਹਨਾਂ ਦਾ ਲੋਹਾ ਮੰਨਦੇ ਹਨ, ਪਰ ਸਿੱਖ ਫੜਿਆ ਜਾਵੇ, ਇਹ ਗੱਲ ਬੜੀ ਹੀ ਘੱਟ ਹੁੰਦੀ ਹੈ। ਜਸਵੰਤ, ਤੁਸੀਂ ਠੀਕ ਆਖਦੇ ਹੋ। ਪੰਜਾਬ ਵਿੱਚ ਸਿੱਖ ਫਖਰ ਕਰਦੇ ਹਨ ਕਿ ਉਹਨਾਂ ਦਾ ਇੱਕ ਬੱਚਾ ਵੀ ਕੈਦ ਵਿੱਚ ਪੈ ਕੇ ਗੁਲਾਮ ਨਹੀਂ ਬਣਿਆ। ਜਾਂ ਤਾਂ ਕਤਲ ਹੋਇਆ ਹੈ ਜਾਂ ਕਿਵੇਂ ਦੇਸ਼ ਵਾਪਸ ਪਹੁੰਚਿਆ ਹੈ। ਸਾਈ, ਠੀਕ ਹੈ, ਇਹਨਾਂ ਵਿੱਚ ਕੁਝ ਐਸਾ ਅੱਗ ਦਾ ਚੁਆਤਾ ਲੁਕਿਆ ਹੋਇਆ ਹੈ ਕਿ ਜੰਮਦੇ ਨੂੰ ਮੁਸਲਮਾਨ ਕਰ ਕੱਤੋ, ਵਰਿਆਂ ਬੱਧੀ ਮੁਸਲਮਾਨ ਘਰਾਂ ਵਿੱਚ ਪਾੜੋ। ਜਦੋਂ ਕੰਨ ਵਿੱਚ ਫੂਕ ਦਿਓ ਕਿ ਤੂੰ ਸਿੱਖ ਦੀ ਔਲਾਦ ਹੈ, ਬਸ ਕੋਇਲ ਦੇ ਬੱਚੇ ਵਾਂਗੂ ਉਡਾਰੀ ਮਾਰੀ ਅਤੇ ਆਪਣੀ ਮਾਂ ਕੋਲ। ਜਸਵੰਤ, ਇੱਕ ਲੰਮਾ ਸਾਹ ਲੈ ਕੇ ਅਤੇ ਸਾਈ ਵੱਲ ਨੀਝ ਲਾ ਕੇ, ਤੁਸੀਂ ਤਾਂ ਪਠਾਣ ਹੋ, ਸਿੱਖਾਂ ਦੀ ਐਡੀ ਮਹਿਮਾ ਕਿਉਂ? ਸਾਈ, ਮੈਂ ਸੱਚ ਕਹਿੰਦੀ ਹਾਂ, ਝੂਠੀ ਮਹਿਮਾ ਨਹੀਂ ਕਰਦੀ। ਨਾ ਖੁਸ਼ਾਮਦ ਕਰਦੀ ਹਾਂ ਕਿ 4 ਦਿਨ ਤੁਹਾਡੇ ਨਾਲ ਵਾਹ ਪਿਆ ਹੈ, ਇਸ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲਾਭ ਲਵਾਂ। ਮੈਂ ਵੀ ਤੋਲਵੀਂ ਗੱਲ ਆਖਦੀ ਹਾਂ, ਅਰ ਰੱਤਾ ਪਰ ਵਾਧਾ ਨਹੀਂ ਕਰਦੀ। ਜਸਵੰਤ, ਸ਼੍ਰੀ ਵਾਹਿਗੁਰੂ, ਤੁਹਾਡਾ ਖਿਆਲ ਕਿੱਧਰ ਗਿਆ ਹੈ? ਮੈਂ ਤਾਂ ਇਸ ਕਰਕੇ ਪੁੱਛਿਆ ਹੈ ਕਿ ਜਰਵਾਣਿਆਂ ਦਾ ਸੁਭਾਵ ਹੁੰਦਾ ਹੈ ਕਿ ਸੱਚ ਦਾ ਵੀ ਇਕਰਾਰ ਨਹੀਂ ਕਰਦੇ। ਜੇ ਕਰਨ ਤਾਂ ਸਾਨੂੰ ਸੱਚਿਆਂ ਨੂੰ ਸਾਡੇ ਦੇਸ਼ ਵਿੱਚ ਜਾ ਕੇ ਕਿਉਂ ਮਾਰਨ? ਤੁਸੀਂ ਸਾਡੇ ਲੋਹੇ ਨੂੰ ਮੰਨਦੇ ਹੋ, ਇਸ ਕਰਕੇ ਪਿਆਰ ਦੀ ਹੈਰਾਨੀ ਵਿੱਚ ਮੈਂ ਇਹ ਪ੍ਰਸ਼ਨ ਪੁੱਛਿਆ ਹੈ। ਸਾਈ, ਨਹੀਂ ਜੀ, ਰੰਜ ਦੀ ਗੱਲ ਨਹੀਂ ਹੈ। ਮੈਂ ਸਮਝਦੀ ਹਾਂ ਕਿ ਤੁਸੀਂ ਲੋਕ ਜੋ ਕਹਿੰਦੇ ਹੋ ਝੂਠ ਕਦੇ ਨਹੀਂ ਹੁੰਦਾ। ਤੁਹਾਡੇ ਗੁਣ ਐਸੇ ਹਨ ਕਿ ਦੁਸ਼ਮਣ ਵੀ ਮਹਿਮਾ ਕਰਨੋਂ ਨਹੀਂ ਰੁਕਦਾ। ਭਲਾ ਨਾਦਰ ਸ਼ਾਹ ਵਰਗਾ ਜ਼ਾਲਮ ਪਾਤਸ਼ਾਹ ਹੋਵੇ, ਦੇਸ਼ ਵਿੱਚ ਲਹੂ ਦੇ ਦਰਿਆ ਵਗਾ ਕੇ ਉਹ ਥਲਕਾ ਮਚਾ ਕੇ ਆਇਆ ਹੋਵੇ ਕਿ ਸਦੀਆਂ ਤੱਕ ਦੁਨੀਆ ਨਾ ਭੁੱਲੇਗੀ।
ਉਸ ਜ਼ਾਲਮ ਪਾਸੋਂ ਅਟਕ 'ਤੇ ਆ ਕੇ ਆਪਣੇ ਦੇਸ਼ ਦੀਆਂ 2100 ਹਿੰਦੂ ਜਨਾਨੀਆਂ ਖੋਹ ਕੇ ਵਾਪਸ ਲੈ ਜਾਣਾ ਇਹ ਇਹਨਾਂ ਹੀ ਮਰਦਾਂ ਦਾ ਕੰਮ ਹੈ। ਕੇਵਲ ਇੱਕ ਸਿੱਖ ਜਨਾਨੀ ਹੱਥ ਪੈਰ ਬੱਧੇ ਨਾਦਰ ਸ਼ਾਹ ਨਾਲ ਇੱਥੇ ਆਈ ਸੀ, ਸੋ ਵੀ ਉਹ ਹਿੰਦੂਆਂ ਦੇ ਟੋਲੇ ਵਿੱਚ ਸੀ ਜੋ ਪਹਿਲੇ ਅੱਗੇ ਲੰਘ ਚੁੱਕਾ ਸੀ। ਪਰ ਉਹ ਬਹਾਦਰ ਸਿੰਘਣੀ ਦੇ ਸ਼ਾਬਾਸ਼ ਸਿਰ ਦਿੱਤਾ ਪਰ ਧਰਮ ਨਹੀਂ ਦਿੱਤਾ। ਜਸਵੰਤ, ਕੀ ਤੁਸਾਂ ਉਹ ਡਿੱਠਾ ਸੀ? ਸਾਈਂ, ਡਿੱਠਾ ਕੀ, ਮੈਂ ਉਸਦੇ ਨਾਲ ਸਾਂ। ਇਹ ਕਹਿ ਕੇ ਸਾਈਂ ਦੀਆਂ ਅੱਖਾਂ ਤੋਂ ਪਾਣੀ ਵਗ ਟੁਰਿਆ ਅਤੇ ਚਿਹਰਾ ਗਮ ਨਾਲ ਉੱਡ ਗਿਆ। ਜਸਵੰਤ, ਇਸ ਸਿੰਘਣੀ ਦੀ ਮੌਤ ਦੀ ਯਾਦ ਨੇ ਤੁਹਾਨੂੰ ਬਹੁਤ ਉਦਾਸ ਕੀਤਾ ਹੈ। ਹੋਰ ਗੱਲ ਹੁਣ ਮੈਂ ਨਾ ਪੁੱਛਦਾ ਫੇਰ ਸਹੀ। ਤੁਸੀਂ ਜੇਰਾ ਕਰੋ ਜੀਓ, ਜੇਰਾ ਕਰੋ। ਪਰ ਸਾਈਂ ਦਾ ਗਲਾ ਰੁਕ ਗਿਆ ਸੀ ਔਰ ਜਵਾਬ ਦੇਣ ਦੀ ਤਾਕਤ ਨਹੀਂ ਜਾਪਦੀ ਸੀ। ਰਾਤ ਹੁਣ ਰਤਾ ਡੂੰਘੀ ਹੋ ਗਈ ਸੀ ਅਤੇ ਲੋਕ ਸੌਂ ਰਹੇ ਸੀ। ਇਸ ਵੇਲੇ ਫਿਰਦੇ ਟੁਰਦੇ ਆਗਾ ਖਾਨ ਜੀ ਆ ਗਏ ਔਰ ਚਾਰ ਚੁਫੇਰੇ ਨਜ਼ਰ ਬਚਾ ਕੇ ਜਸਵੰਤ ਹੋਰਾਂ ਦੇ ਤੰਬੂ ਦੇ ਪਿਛਲੇ ਪਾਸੇ ਸਾਈਂ ਕੋਲ ਆ ਬੈਠੇ। ਜਸਵੰਤ ਨੇ ਇਸ਼ਾਰਾ ਸਮਝ ਲਿਆ ਔਰ ਉਸਨੇ ਤੰਬੂ ਦੇ ਉਦਾਲੇ ਟਹਿਲਣਾ ਸ਼ੁਰੂ ਕਰ ਦਿੱਤਾ, ਜੇ ਮਤਾਂ ਕੋਈ ਆਗਾ ਖਾਨ ਦਾ ਸੂਈਆ ਨਾ ਫਿਰ ਰਿਹਾ ਹੋਵੇ। ਉੱਧਰ ਮਾਂ ਪੁੱਤ ਗੱਲੀ ਜੁੱਟ ਗਏ। ਆਗਾ ਖਾਨ, ਅੰਮੀ ਜੀ, ਮੈਂ ਸੂਈਏ ਲੱਭ ਲਏ ਹਨ, ਚਾਰ ਆਦਮੀ ਹਨ, ਦਿਨ ਰਾਤ ਮੇਰੇ ਮਗਰ ਰਹਿੰਦੇ ਹਨ। ਸਾਈਂ, ਤੁਸੀਂ ਹੁਣ ਕਿੱਕੋਂ ਆ ਗਏ? ਕਿਤੇ ਉਹ ਮਗਰ ਨਾ ਹੋਣ। ਮੈਨੂੰ ਆਪਣਾ ਤਾਂ ਫਿਕਰ ਨਹੀਂ ਹੈ, ਤੁਹਾਡੀ ਜਾਨ ਦਾ ਤੌਖਲਾ ਹੈ। ਮੇਰੇ ਵਰਗੀਆਂ ਤਾਂ ਲੱਖਾਂ ਹਜ਼ਾਰਾਂ ਇਸ ਲਹੂ ਪੀਣੀ ਧਰਤੀ ਵਿੱਚ ਮਰ ਚੁੱਕੀਆਂ ਹਨ। ਆਗਾ ਖਾਨ, ਫਿਕਰ ਨਾ ਕਰੋ, ਮੈਂ ਪ੍ਰਬੰਧ ਕਰਕੇ ਆਇਆ ਹਾਂ, ਉਹਨਾਂ ਦੇ ਉੱਤੇ ਹੁਣ ਮੇਰੇ ਪੈਰੇ ਲਗਾਏ ਗਏ ਹਨ। ਇਸ ਵੇਲੇ ਚਾਰੇ ਸ਼ਰਾਬ ਪੀ ਕੇ ਮਸਤ ਪਏ ਹਨ ਅਤੇ ਸਿਰ ਉੱਤੇ ਪਹਿਰਾ ਖੜਾ ਹੈ। ਸਾਈਂ, ਸ਼ੁਕਰ ਹੈ। ਆਗਾ, ਜਸਵੰਤ ਦਾ ਕੈਸਾ ਹਾਲ ਹੈ? ਸਾਈਂ, ਬਹੁਤ ਨੇਕ ਨੌਜਵਾਨ ਹੈ, ਖਾਤਰ ਵਿੱਚ ਰੱਤਾ ਫਰਕ ਨਹੀਂ ਕਰਦਾ, ਪਿਆਰ ਇੰਨਾ ਕਰਦਾ ਹੈ ਕਿ ਮੱਲੋ ਮੱਲੀ ਇਤਬਾਰ ਕਰਨ ਨੂੰ ਜੀ ਕਰਦਾ ਹੈ। ਆਗਾ, ਪਵਿੱਤਰ ਖੂਨ ਹੈ, ਭਲਾ ਇਹ ਪਤਾ ਕੱਢੋ ਖਾਂ, ਰਹਿਣ ਵਾਲਾ ਕਾਬਲ ਦਾ ਹੈ ਕਿ ਪੰਜਾਬ ਦਾ? ਲੱਛਣ ਸਾਰੇ ਪੰਜਾਬੀ ਦੇ ਹਨ। ਸਾਈਂ, ਮੈਂ ਪੁੱਛਿਆ ਤਾਂ ਨਹੀਂ, ਪਰ ਇਹ ਬਿਰਧ ਪੁਰਖ ਜੋ ਹੈ ਇਸ ਦਾ ਅੱਤ ਸਤਿਕਾਰ ਕਰਦਾ ਹੈ। ਇਹ ਜਾਣਦੇ ਹਨ ਕਿ ਮੈਂ ਪੰਜਾਬੀ ਨਹੀਂ ਸਮਝਦੀ, ਪਰ ਤਦ ਵੀ ਮੇਰੇ ਸਾਹਮਣੇ ਗੱਲਬਾਤ ਘੱਟ ਕਰਦੇ ਹਨ। ਪਰ ਜਿੰਨੀ ਕਰਦੇ ਹਨ ਉਹਨਾਂ ਤੋਂ ਇਹ ਮੈਂ ਸਮਝ ਚੁੱਕੀ ਹਾਂ ਕਿ ਇਹ ਨੌਜਵਾਨ ਪੰਜਾਬੀ ਹੈ ਔਰ ਕਿਸੇ ਗੁਰਮੁਖ ਖਾਨਦਾਨ ਵਿੱਚੋਂ ਹੈ, ਕਿਉਂਕਿ ਡੇਰੇ ਦੇ ਅਤੇ ਹੋਰ ਹਿੰਦੂ ਅਤੇ ਸਿੱਖ ਲੋਕ ਇਸ ਨੂੰ ਬੜੇ ਅਦਬ ਆਦਰ ਨਾਲ ਮਿਲਦੇ ਹਨ। ਆਗਾ ਖਾਨ, ਬੇਸ਼ੱਕ ਪੰਜਾਬੀ ਹੈ, ਗੁਣ ਸਾਰੇ ਦੱਸਦੇ ਹਨ। ਸਾਈਂ, ਮੇਰੇ ਨਾਲ ਬਹੁਤ ਪਿਆਰ ਦੀਆਂ ਅਤੇ ਡੂੰਘੀਆਂ ਗੱਲਾਂ ਛਿੜ ਪੈਂਦੀਆਂ ਹਨ। ਮੈਨੂੰ ਡਰ ਹੈ ਕਿਸੇ ਵੇਲੇ ਸਾਰਾ ਭੇਤ ਖੁੱਲ੍ਹ ਜਾਏਗਾ। ਤੁਸੀਂ ਦੱਸੋ, ਲੁਕੋ ਰੱਖਾਂ ਕਿ ਨਾ? ਆਗਾ ਖਾਨ, ਤੁਸੀਂ ਮੈਥੋਂ ਵਧੇਕ ਸਿਆਣੇ ਹੋ, ਸਿੱਖ ਬਚਨ ਦੇ ਪੂਰੇ ਹਨ। ਜੇਕਰ ਕੁਛ ਕਿਹਾ ਗਿਆ ਤਾਂ ਡਰ ਕੋਈ ਨਹੀਂ, ਸਗੋਂ ਇਤਬਾਰ ਵੱਧ ਜਾਏਗਾ, ਕਿਉਂਕਿ ਪੰਜਾਬ ਪਹੁੰਚ ਕੇ ਸਾਨੂੰ ਫੇਰ ਇਸ ਦੀ ਬਹੁਤ ਹੀ ਲੋੜ ਪੈਣੀ ਹੈ। ਸਾਈਂ, ਜਦ ਤੁਸੀਂ ਇਕੱਲੇ ਜਾ ਰਹੇ ਸੋ ਤਦੋਂ ਤੁਹਾਨੂੰ ਪੰਜਾਬ ਜਾ ਕੇ ਲੋੜ ਬਹੁਤ ਸੀ, ਹੁਣ ਤਾਂ ਮੈਂ ਨਾਲ ਹਾਂ, ਪੰਜਾਬ ਦੇ ਪੱਤ ਪੱਤ ਤੋਂ ਵਾਕਫ ਹਾਂ। ਇਸ ਗੱਲ ਦਾ ਖਿਆਲ ਤਾਂ ਠੀਕ ਨਹੀਂ, ਉਂਝ ਜਿੰਨਾ ਵਾਹ ਪਿਆ ਹੈ ਉਸ ਤੋਂ ਬੰਦਾ ਮਿੱਤਰਤਾ ਦੇ ਲਾਇਕ ਰਹਿੰਦਾ ਹੈ, ਇਸ ਕਰਕੇ ਮਿੱਤਰਤਾ ਦੀ ਖਾਤਰ ਮਿੱਤਰ ਬਣਾ ਲੈਣਾ ਬਹੁਤ ਚੰਗਾ ਹੈ। ਅਤੇ ਮੈਂ ਇਹ ਵੀ ਡਿੱਠਾ ਹੈ ਕਿ ਉਸ ਨੂੰ ਤੁਹਾਡੇ ਨਾਲ ਕੁਛ ਪਿਆਰ ਪੈ ਗਿਆ ਹੈ, ਅਤੇ ਮੇਰਾ ਸ਼ੁਭਾ ਹੈ ਕਿ ਸਾਡੇ ਭੇਤ ਦੇ ਕੁਛ ਨਾ ਕੁਛ ਉਹ ਵੀ ਸਿਰ ਹੈ। ਆਗਾ ਖਾਨ, ਮੈਂ ਤਾਂ ਕੁਛ ਦੱਸਿਆ ਨਹੀਂ, ਪਰ ਨਾਮ ਸਾਰੇ ਉਸ ਦੇ ਕੰਨੀ ਪੈ ਚੁੱਕੇ ਹਨ, ਉਹ ਚੀਜ਼ਾਂ ਵੀ ਵੇਖ ਚੁੱਕਾ ਹੈ। ਸਾਈਂ, ਤਦੇ ਹੀ ਆਦਮੀ ਬਹੁਤ ਸਿਆਣਾ ਅਤੇ ਸੋਚ ਵਾਲਾ ਹੈ, ਰੱਬ ਨੂੰ ਯਾਦ ਕਰਨ ਵਾਲਾ ਹੈ, ਅਕਲ ਤਾਂ ਸਾਫ਼ ਹੋਣੀ ਹੋਈ।
ਫਿਰ ਕੀ ਮਰਜ਼ੀ ਹੈ? ਆਗਾ ਖਾਨ, ਮੇਰੀ ਜਾਚੇ ਕੁਛ ਮੰਜ਼ਿਲ ਲੰਘ ਕੇ ਗੱਲਬਾਤ ਖੋਲ੍ਹ ਦੇਣੀ।